ਹੁਣ ਬਾਈ ਚਲਾ ਕੇ ਦੇਖਦਾ ਬਾਈ ਕਹਿੰਦਾ ਮੈਂ ਵੀ ਖਿੱਚ ਖੁੱਚ ਕੇ ਦੇਖ ਲਾਂ ਵੀ ਸਵਾਦ ਜਿਹਾ ਲੈ ਲਾਂ ਮਾੜਾ ਮੋਟਾ ਭਾਈ ਮਿੱਤਰੋ ਟਰੈਕਟਰ ਚਾੜਤਾ ਫਿਰ ਆਪਣੀ ਜਗ੍ਹਾ ਤੇ ਲੈ ਕੇ ਜਾਵਾਂਗੇ ਹੁਣ ਇਹਨੂੰ ਘਰੇ ਕੱਢੀ ਲੈ ਚਾਬੀ ਕੱਢੇ ਲੈ ਤੇ ਇੱਥੇ ਬੈਲਟ ਬੁਲਟ ਪਾ ਕੇ ਇਹਨੂੰ ਕਸਾਂਗੇ ਫਿਰ ਮਤਲਬ ਪੂਰਾ ਐਂਡ ਸੇਫਲੀ ਲੈ ਕੇ ਜਾਣਾ ਪੈਣਾ ਇਹ ਆਪਾਂ ਨੂੰ ਉਹ ਪਾਤੇ ਸਟੈਪ ਰੈਂਪ ਟਰਾਲੀ ਦੇ ਵਿੱਚ ਫਿੱਟ ਹੋਏ ਨੇ ਕਿੰਨੇ ਫੁੱਟ ਦੀ ਟਰਾਲੀ ਹੈ ਜੀ ਇਹ 14 अच्छा अच्छा ठीक है 14 फुटी ट्राली है ओके लो जी करता लोड हम चलते हैं अगे जाके देखते हैं हो ट्रैक्टर दिखाने माइयों को बहुत ट्रैक्टर जो थो घर दिखा के आए हैं ना आप माइयों भी शौक आया है ना तो कोई ना आप हौली हौली लेके आवे हम करते हैं सलाह भी किदा आना है ना अपने ट्रैक्टर तो भाई कहें भी जॉन डियर का थोड़ा जहा पंगा चलता जॉन डियर इतने कहें भी इतने दंपनियाँ कहें भी थोड़ा जहा पाँदी पंगा बाकी चलो देखते हैं कि बनता जुड़ता आप एक जावे आप कि उच्चा लगता सुखबीर है जहाज ही भाई सही गल बड़ा उच्चा लो जी पापे पिका चेक करो बड़ा बंप है ताही मैं वाइब्रेशन फील की थी मैं क्या और लग गया रहेगा ला रहे हैं होना ते ट्रैक्टर नू अपनी जगह ते ला के देखो प्रॉपर सारा वो ला के ना हुन ला देना गा की हो गया आउन दे चल ते हुन ला के ना इनू इनू ओ थे ग्रास दे विच अपनी जगह ते ला देना गा ला दे अंदर फिर झोटिया लो भी आप ट्रॉली कटती इतने खिलारता बाकी भाई आप स्टार्ट कर सकते हैं हाँ जी तो आप फराटा सुन लिए फोड़ता है ना काफ़ी टाइम बाद फोड़ता फिर जाने ही फराटे तो जाता गा मैसी सिटी मैसी की फराटा फोड़ता मुकाबला नहीं जॉन डियर का इदा कर दें माड़ा मोटा देखो इतने रेडियल टायर पाए ये कि सोहना लगता है ना ਇਹਦਾ ਸ਼ੋ ਖੋਲੀ ਹੋਈ ਹੈ ਨਾ ਜੀ ਹਾਂ ਫੇ ਉਹ ਰੰਗ ਕਰਨਾ ਨਾ ਮੁਰੀ ਹੈ ਜੀ ਓਕੇ ਓਕੇ ਉਰੀ ਕਰ ਦੇਣਾ ਜੀ ਆਪ ਹੀ ਕਰ ਦੇਣਾ ਰੰਗ ਨਹੀਂ ਇਹਦੇ ਸ਼ੋ ਤੇ ਕੀਤੀ ਪਈ ਆ ਅੰਦਰ ਪਈ ਆ ਮੇਰੇ ਕੋਲ ਅੰਦਰ ਪਈ ਆ ਦੇਖੀ ਨਹੀਂ ਹਾਂਜੀ ਹਾਂਜੀ ਉਹ ਇਹਦੀ ਹੈਗੀ ਉਹ ਸ਼ੋ ਇਹਦੀ ਆ ਓਕੇ ਓਕੇ ਠੀਕ ਹੈ ਤੇ ਬਾਕੀ ਇਹ ਤੁਸੀਂ 올ਡ ਹੀ ਲਿਆ ਸੀ ਨਾ ਪੁਰਾਣੀ ਹਾਂ ਪੁਰਾਣਾ ਇੱਥੋਂ ਲਿਆ ਸੀ ਇਹ ਇੱਥੇ ਦਾ ਗੋਰੇ ਦਾ ਓਕੇ ਇੱਥੇ ਦਾ ਗੋਰੇ ਦਾ 9654 ਆ ਓਕੇ ਜਿਵੇਂ ਉਹਦੇ ਪਿੱਛੇ ਇੱਥੇ ਦੂਜੀ ਆ ਠੀਕ ਹੈ ਜੀ ਚਲੋ ਇਹਨੂੰ ਆਪਾਂ ਕਰਦੇ ਆ ਸਟਾਰਟ ਤੇ ਸਾਨੂੰ ਦਿਖਾਉਣੇ ਆ ਫਿਰ ਹਨਾ ਤੇ ਫਰਾਟਾ ਸੁਣਾਉਣੇ ਆ ਜਦੋਂ ਇਹਨੂੰ ਐਨ ਕੱਟ ਰੇਸਟ ਕਰ ਦੇਣੀ ਜਿੱਦਾਂ ਇਦਾਂ ਪਤਾ ਲੱਗੂਗਾ ਸਟਾਰਟ ਦਾਣੇ ਗਿਣਨ ਲੱਗ ਜਾਂਦਾ ਨਾ ਦਾਣੇ ਜਿਹੜੇ ਇੰਡੀਆ ਦਾ ਦਾਣੇ ਗਿਣਦਾ ਨਾ ਇਹ ਤਾਂ ਪਤੰਦਰ ਚੌਲੀ ਗਿਣਨ ਲੱਗ ਪੈਂਦਾ ਚੌਲੀ ਗਿਣਨ ਲੱਗ ਪੈਂਦਾ ਹਾਂ ਕਹਿੰਦੇ ਟ੍ਰੈਕਟਰ ਕਾ ਦੇ ਤਾਂ ਨੇ ਜਹਾਜ਼ ਜੱਟਾਂ ਦੇ ਠੀਕ ਆ ਤੇ ਕਰੋ ਗੱਲਬਾਤ ਚੈੱਕ ਬਾਕੀ ਮਾਰਦੇ ਆ ਸੈਲਫ ਤੇ ਕਰਦੇ ਆ ਸਟਾਰਟ ਸੁਣਾਉਣਾ ਤੁਹਾਨੂੰ ਫੋੜਦਾ ਫਰਾਟਾ 3600 ਦਾ ਤੇ ਆਜੋ ਬਾਈ ਮਾੜਾ ਜਿਹਾ ਕਰਤੀ ਹੈ ਸਟਾਰਟ ਹਨਾ ਅੱਛਾ ਮਾਰੀਏ ਸੈਲਫ ਬੈਟਰੀ ਦਾ ਟਰਮੀਨਲ ਖੋਲਿਆ ਹੋਇਆ ਇੱਕ ਮਿੰਟ ਆਪਾਂ ਉਹ ਲਾ ਦਈਏ ਵਿਦਆਊਟ ਪਾਵਰ ਸਟੀਅਰਿੰਗ ਵੀ ਚਲਾਇਆ ਹੁਣ ਵਿਦ ਪਾਵਰ ਸਟੀਅਰਿੰਗ ਵੀ ਚਲਾ ਰਹੇ ਹਾਂ ਤੇ ਚਲੋ ਆਜੋ ਏਅਰ ਕਲਿੰਟਰ ਤੇ ਹੱਥ ਰੱਖ ਲਈ ਮਾੜਾ ਜਿਹਾ ਔਖਾ ਹੀ ਹੋਣਾ ਸਟਾਰਟ ਠੰਡਾ ਹੈਗਾ ਨਾ ਬਾਹਰ ਵੀ ਖੜਾ ਸੀਗਾ ਕਰਦੇ ਹਾਂ ਸਟਾਰਟ ਤਾਂ ਕਰਾਂਗੇ ਹੁਣ ਬੈਟਰੀ ਡੈਡ ਹੋ ਗਈ ਲਓ ਜੀ ਤੇ ਬੈਟਰੀ ਡੈਡ ਹੋ ਗਈ ਸੀ ਹੁਣ ਆਪਾਂ ਬੂਸਟਰ ਲਾ ਦੇਣਾਗਾ ਦੇਖੋ ਇਹ ਬਾਈ ਸੰਦ ਬਣਾਉਣ ਨੂੰ ਕਿੰਨਾ ਟਾਈਮ ਲੱਗ ਜਾਂਦਾ ਹੈ ਨਾ ਇਕੱਲੀ ਇਕੱਲੀ ਚੀਜ਼ ਮਾਰਦੇ
हो गया स्टार्ट। लो जी करो चेक बोर्ड का फराटा। करो चेक बाजी वेट कर मुंडिया मुंडिया रेड बुल वाले एदा नखरा लग गई है ना करता जी देखो 3600 स्टार्ट हो गया ते इनू भी चला के देखांगे आपां कितनी सोहनी आवाज आ ओए 3600 नीला रंग तो ना उही सोहना बहुत लगता ते भाई है ना मैमोरीज होंदियां ने है ना मैमोरीज याद हो फिर आउंदियां ने है ना जदों स्वीट मैमोरीज होंदियां ने बंदे दियां इंडिया दियां पंजाब दियां तो फिर याद चेते बहुत आउंदियां ने है ना ते मैनू मेरा 3600 बहुत याद आउंदा लिमिटेड ते जी करदा भी चला लीए है ना नज़ारा आउंदा इहदी आवाज़ वक्खरी हो ना अज तां मैनू ऐ लगदा मेरी मैमरी मतलब फोन की मैमरी पर जमा ओरिजिनल है ना पूरा ओरिजिनल है ये क्या बात है कनेडा की धरती ते कहते व्यू देखो आ रहा मूहरे जा रहा फोड़ मूहरे फोड़ जा रहा है ते घुमा लिया फिर वे ते हुण तुहानूं दिखाउणे आ जी बुलट करो चेक कीतियां बापू ने सब रीझां पूरियां सही गल आ बई कनेडा की धरती ते आ खड़ा बुलट बई लाइट देख कितनी सोहणी पाई है मूहरे मूहरे नंबर प्लेट दूजी आ ਅਤੇ ਪਿੱਛੇ ਆਪਣੀ ਇੱਥੇ ਦੀ ਹੈਗੀ ਨੰਬਰ ਪਲੇਟ ਆ ਬ੍ਰਿਟਿਸ਼ ਕੋਲੰਬੀਆ ਦੀ ਬਿਊਟੀਫੁੱਲ ਸਿਟੀ ਬਿਊਟੀਫੁੱਲ ਬ੍ਰਿਟਿਸ਼ ਕੋਲੰਬੀਆ ਯਾ ਸਹੀ ਗੱਲ ਆ ਹਲਕੜਾ ਦੇਖੋ ਮੈਂ ਤਾਂ ਦੇਖੇ ਨਹੀਂ ਹਾਂ ਹਲ ਤਾਂ ਦੇਖੇ ਨਹੀਂ ਬਾਈ ਪਹਿਲਾਂ ਨੋ ਮੈਂ ਤਾਂ ਦੇਖ ਲਏ ਸੀਗੇ ਹਲ ਪਿਆ ਲੈਵਲਰ ਪਿਆ ਗਾ ਇੱਧਰ ਕਰਾ ਇੱਥੋਂ ਲੱਭ ਕੇ ਲਿਆਉਂਦੇ ਅਸੀਂ ਸਾਲੇ ਮੰਗਾਏ ਇੰਡੀਆ ਤੋਂ ਆਹ ਇਹਨਾਂ ਦੇ ਹੀ ਆ ਮੱਕੀ ਮੁੱਕੀ ਜੋ ਬੀਜਦੇ ਆ ਹੁਣ ਤਾਂ ਮੇਰੇ ਖਿਆਲ ਉਹ ਇੰਡੀਆ ਪਾਉਂਦੇ ਨਹੀਂ ਸਪਰਿੰਗ ਹੈ ਨਾ ਸਪਰਿੰਗ ਵਾਲੇ ਅੱਜ ਨਾ ਜਿੱਦਾਂ ਐ ਲੱਗਦਾ ਮੈਂ ਸਾਰਾ ਪੰਜਾਬ ਹੀ ਦੇਖ ਲਿਆ ਨਾ ਜਿਵੇਂ ਇੰਡੀਆ 'ਚ ਨਹੀਂ ਆ ਕੇ ਹੁੰਦੇ ਉਦਾਂ ਦੀ ਫੀਲ ਆਉਂਦੀ ਹੈ ਐ ਲੱਗਦਾ ਹਨਾ ਮਾਹੌਲ ਵੀ ਧੁੱਪ ਵੀ ਮੌਸਮ ਹਾਂ ਬਾਕੀ ਬੁਲਟ ਵਾਲਾ ਸੋਹਣਾ ਲੱਗਦਾ ਦੇਖੋ ਦੇਖੋ ਕਿੰਨਾ ਘੈਂਟ ਲੱਗਦਾ ਕੀ ਬਾਤ ਹੈ ਯਾਰ ਵੱਖਰਾ ਹੀ ਸਵਾਦ ਜਿਹਾ ਆ ਗਿਆ ਜਿਹਨੂੰ ਦੇਖ ਕੇ ਬੁਲਟ ਨੂੰ ਲਓ ਜੀ ਬੁਲਟ ਦਾ ਸ਼ੌਕੀਨ ਢੀਂਡਸਾ ਸਾਹਿਬ ਆਪਾਂ ਬਿਠਾਤੇ ਬੁਲਟ 'ਤੇ ਚੱਕੋ ਜੀ ਮਾਰ ਬਾਈ ਕਰਾਂ ਕਿੱਕ ਕਰਦੇ ਫਿਰ ਸਟਾਰਟ ਅੱਜ ਬੁਲਟ ਵੀ ਚਲਾ ਕੇ ਹੈ ਨਾ ਗੇੜਾ ਕੱਢ ਲਈਏ ਦੇਖੋ ਅਤੇ ਬਾਕੀ ਇੱਧਰ ਨੂੰ ਬਾਅਦ 'ਚ ਜਾਂਦੇ ਹਾਂ ਤੁਹਾਨੂੰ ਬਾਅਦ 'ਚ ਦਿਖਾਉਂਦੇ ਹਾਂ ਹੈ ਨਾ ਅਤੇ ਇੱਧਰ ਕਰੋ ਚੈੱਕ ਗੱਲਬਾਤ ਕੈਮਰੇ ਜ਼ਿਆਦਾ ਹੋ ਗਏ ਤੁਹਾਡੇ ਦੁਆਲੇ ਹੁਣ ਨਾ ਮੁੱਛ ਦਾ ਸਵਾਦ ਵੀ ਹੋ ਜਾਣਾ ਸਟਾਰਟ ਮੈਨੂੰ ਤਾਂ ਪਤਾ ਨਹੀਂ ਕਿੰਨਾ ਕੁ ਟਾਈਮ ਲੈਂਦਾ ਕਿ ਨਹੀਂ ਪਰ ਹੋਣਾ ਚਾਹੀਦਾ ਜੀ ਉਹਨਾਂ ਤੋਂ ਇਹ ਸਾਡਾ ਇੰਡੀਆ ਵੀ ਬਦਨਾਮ ਹੈ ਜੀ ਉਹਦੇ ਹੱਥ ਸਾਰੇ ਰਿਸ਼ਤੇਦਾਰ ਸੱਤ ਹੀ ਗੱਲ ਕਰਦੇ ਬਹਿ ਜਾ ਮੁੜ ਕੇ ਸਟਾਰਟ ਨਹੀਂ ਹੋਣਾ ਸਹੀ ਗੱਲ ਹੈ ਨਹੀਂ ਹੋਣਾ ਤਾਂ ਚਾਹੀਦਾ ਜਾਂ ਤਾਂ ਟਾਈਮ ਦਾ ਖੜਾ ਹੋ ਸਕਦਾ ਟਾਈਮ ਦਾ ਆਈ ਤੇ ਚਲਾਇਆ ਨਹੀਂ ਇਹਦੀ ਲਾ ਮੇਰਾ ਖਿਆਲ ਆ ਕਿ ਕਿਉਂਕਿ ਹੁਣ ਜਿਹੜਾ ਪ੍ਰੈਸ਼ਰ ਆ ਰਿਹਾ ਸਹੀ ਆ ਰਿਹਾ ਹੁਣ ਇਹ ਹੱਥ ਨਾਲ ਵੀ ਹੋ ਜਾਊਗਾ ਉਹ ਲੈ ਗਿਆ ਬਾਈ ਉਰੇ ਤੱਕ ਆਵਾਜ਼ ਸੁਣਦੀ ਕਿਵੇਂ ਆ ਰਹੀ ਆ ਫੀਲ ਫਿਰ ਇੰਡੀਆ ਵਾਲੀ ਬਾਈ ਆਪਦਾ ਲੱਗ ਰਿਹਾ ਕੀ ਕਰਾਂ ਰੀਲ ਬਣਾਵਾਂ ਰੀਲ ਬਣਾ ਦਿੰਦੇ ਬੁਲਟ ਤੇ ਰੀਲ ਬਣਾ ਦਿੰਦੇ
ਲਓ ਜੀ ਮੁੰਡਾ ਕਹਿੰਦਾ ਨੂਰ ਜੀ ਨੂਰ ਹੌਲੀ ਪਹਿਲਾਂ ਉੱਪਰ ਨੂੰ ਪਊ ਹੌਲੀ ਚਲਾਈ ਚੰਗਾ ਬਾਹਲੀ ਤੁਰਨ ਲੱਗਣੇ ਬੁਲਟ ਚਲਾ ਰਿਹਾ ਕਹਿੰਦੇ ਜੀ ਮੈਂ ਵੀ ਬੁਲਟ ਚਲਾ ਕੇ ਦੇਖਿਆ ਉਹ ਖੱਬੀ ਸਾਈਡ ਚਲਿਆ ਗਿਆ ਗੇੜੇ ਦਿੰਦੇ ਫਿਰਦੇ ਆ ਕਲਡੀ ਸੈਕ ਕਹਿੰਦੇ ਨੇ ਇਹਨੂੰ ਜਿਹੜਾ ਗੋਲਧਾਰਾ ਨਾ ਇੱਥੇ ਮਤਲਬ ਖਤਮ ਹੋ ਜਾਂਦੀ ਆ ਰੋਡ ਇਹਨੂੰ ਕਲਡੀ ਸੈਕ ਕਹਿੰਦੇ ਆ ਅਤੇ ਇੱਥੇ ਗੇੜੇ ਦੇ ਰਹੇ ਹਾਂ ਅਸੀਂ ਸਰੀ ਅਤੇ ਕੈਂਬਲੂਪ ਦਾ ਬਹੁਤ ਫਰਕ ਆ ਸਰੀ ਤਾਂ ਲੋਕਾਂ ਨੇ ਨੋਟਿਸ ਕਰ ਲੈਣਾ ਸੀਗਾ ਬੰਦਾ ਬਿਨਾਂ ਹੈਲਮਟ ਤੋਂ ਫਿਰਦਾ ਬਿਨਾਂ ਲਾਇਸੈਂਸ ਤੋਂ ਫਿਰਦਾ ਹੈ ਨਾ ਪਰ ਕੋਈ ਚੱਕਰ ਨਹੀਂ ਆ ਇੱਥੇ ਤਾਂ ਪਿੰਡ ਵਰਗਾ ਮਾਹੌਲ ਹੈ ਇੰਨਾ ਨਜ਼ਾਰਾ ਆ ਇੰਨਾ ਜੀ ਲੱਗਿਆ ਨਾ ਇੱਥੇ ਬਹੁਤ ਵਧੀਆ ਯਾਰ ਕੈਂਬਲੂਪ ਵਧੀਆ ਹੈ ਹਾਂ ਥੋੜ੍ਹਾ ਜਿਹਾ ਸਿਆਲਾਂ 'ਚ ਠੰਡ ਵੱਧ ਪੈਂਦੀ ਆ ਔਖਾ ਪਰ ਗਰਮੀ ਵੀ ਕਹਿੰਦੇ ਉੱਨੀ ਓ ਪੈਂਦੀ ਆ ਲਓ ਜੀ ਆਹ ਚੈੱਕ ਕਰੋ ਤੁਸੀਂ ਆਹ ਦੇਖੋ ਤੁਸੀਂ ਬਾਈ ਐਂ ਦੱਸਿਆ ਸਾਰਾ ਵੀ ਹੈ ਨਾ ਆਹ ਮੇਰਾ ਆਹ ਹੈ ਨਾ ਅਤੇ ਮਤਲਬ ਬਹੁਤ ਵਧੀਆ ਕਲੈਕਸ਼ਨ ਅਤੇ ਬਹੁਤ ਵਧੀਆ ਲੱਗਦਾ ਯਾਰ ਇੱਦਾਂ ਹੈ ਨਾ ਦੇਖੋ ਜਾਮਾ ਤਿਆਰ ਕੀਤਾ ਹੋਇਆ ਬਾਕੀ ਆ ਹਾਰਲੇ ਡੈਵਿਡਸਨ ਤਿਆਰ ਕੀਤਾ ਹੋਇਆ ਦੇਖ ਸਕਦੇ ਹਾਂ ਹੈ ਨਾ ਬਹੁਤ ਸੋਹਣਾ ਬਾਈਆਂ ਨੇ ਕੀਤਾ ਅਤੇ ਬਾਕੀ ਉਹ ਇਹਨੇ ਹੈ ਨਾ ਬਹੁਤ ਸੋਹਣਾ ਦਿਖਾਇਆ ਵੀ ਇੱਦਾਂ ਇੱਦਾਂ ਅਸੀਂ ਕੀਤਾ ਵੀ ਸਾਰਾ ਕੁਛ ਇੱਧਰ ਛੱਤੀ 'ਤੇ ਖੜਾ ਗਾ ਦੇਖੋ ਜੀ ਹੌਂਸਲ ਟਾਇਰ ਪਾਏ ਆ ਇਹ ਬਾਹਰ ਨਹੀਂ ਨਿਕਲਦਾ ਹੈਗਾ ਇਹ ਕਿਉਂਕਿ ਇਹ ਇੱਕ ਖੋਲ੍ਹ ਕੇ ਅੰਦਰ ਫਿੱਟ ਕੀਤਾ ਹੋਇਆ ਸਾਰਾ ਸਮਾਨ ਠੀਕ ਆ ਛਤਰੀ ਵਗੈਰਾ ਹੋ ਗਈ ਸਭ ਕੁਛ ਹੋ ਗਿਆ ਸਲੰਸਰ ਹੋ ਗਿਆ ਇਹ ਦੇਖੋ ਬਾਹਰ ਨਹੀਂ ਨਿਕਲ ਸਕਦਾ ਜਦੋਂ ਬਾਹਰ ਕੱਢਣਾ ਸਾਰਾ ਖੁੱਲ੍ਹ ਕੇ ਨਿਕਲਣਾ ਹੈਗਾ ਠੀਕ ਹੈ ਜੀ ਤਾਂ ਕਰਕੇ ਅਸੀਂ ਤੁਹਾਨੂੰ ਬਾਹਰ ਨਹੀਂ ਕੱਢ ਕੇ ਦਿਖਾ ਸਕਦੇ ਫਿਰ ਕਿਸੇ ਦਿਨ ਬਾਈ ਕਹਿੰਦੀ ਸੀ ਵੀ ਕੱਢਾਂਗੇ ਫਿਰ ਤੁਹਾਨੂੰ ਹੈ ਨਾ ਵੀ ਫਿਰ ਆਪਾਂ ਕਰਾਂਗੇ ਇੱਥੇ ਹੈ ਨਾ ਮਤਲਬ ਵੀਡੀਓ ਵਗੈਰਾ ਬਣਾਵਾਂਗੇ ਅਤੇ ਬਾਕੀ ਤੁਸੀਂ ਇੱਧਰ ਚੈੱਕ ਕਰ ਸਕਦੇ ਹਾਂ ਹੈ ਨਾ ਅਤੇ ਉੱਧਰ ਬਾਈਆਂ ਦਾ ਹਮਰ ਖੜਾ ਗਾ ਅਤੇ ਹਾਰਲੇ ਕੱਢ ਉਹ ਆਪਾਂ ਜਾਮਾ ਕੱਢ ਲਿਆ ਬਾਰੇ ਇਹਨੂੰ ਕਰਦੇ ਹਾਂ ਸਟਾਰਟ ਇੱਥੇ ਕੱਢਦੇ ਹਾਂ ਗੇੜਾ ਲਓ ਜੀ ਮਤਲਬ ਜਾਮਾ ਸਟਾਰਟ ਕਰਕੇ ਦੇਖ ਰਿਹਾ ਹੁਣ ਅਤੇ ਇੱਧਰ ਮੋਟਰਸਾਈਕਲ ਤਾਂ ਬਹੁਤ ਖੜੇ ਨੇ ਮਤਲਬ ਹਾਰਲੇ ਵਗੈਰਾ ਠੀਕ ਆ ਦੇਖੋ ਬਾਲੀਵੁੱਡ ਖੜਾ ਹਾਰਲੇ ਖੜਾ ਸਾਰੇ ਖੜੇ ਨੇ ਜਾਮਾ ਵਗੈਰਾ ਅੱਗੇ ਦੇਖਿਆ ਸੀ ਹੁਣ ਇਹਨੂੰ ਸਟਾਰਟ ਕਰ ਰਹੇ ਹਾਂ ਇੱਧਰ ਹਮਰ ਖੜਾ ਯੈਸ ਛੁੱਟੀ ਦਾ ਲੋ ਜਾਮਾ ਕੱਢਿਆ ਸੀਗਾ ਅਤੇ ਇਹ ਥੋੜ੍ਹਾ ਜਿਹਾ ਸਟਾਰਟ ਨਹੀਂ ਹੋਇਆ ਬੱਸ ਕਰਾ ਦੀ ਕਾਫੀ ਟਾਈਮ ਦਾ ਖੜਾ ਤਾਂ ਕਰਕੇ ਸਟਾਰਟ ਨਹੀਂ ਹੋ ਰਿਹਾ ਬਾਈ ਕਹਿੰਦੇ ਕਿਸੇ ਦਿਨ ਕਰਾਂਗੇ ਹੈ ਨਾ ਅਤੇ ਕੀ ਕਰੋ ਚੈੱਕ ਲੈਟ ਦੇਖੋ ਤੁਸੀਂ ਕਿੰਨੀ ਸੋਹਣੀ ਪਾਈ ਹੈ ਹੈ ਨਾ ਬਹੁਤ ਸੋਹਣਾ ਲੱਗਿਆ ਦੇਖੋ ਤਿੰਨੇ ਵੋਲਟਾਂ ਦੀ ਅਲੱਗ ਅਲੱਗ ਲਾਈਟ ਆ ਓਰੀਜਨਲ ਆ ਇਹ ਕਹਿੰਦੇ ਫਾਦਰ ਸਾਹਿਬ ਦਾ ਗਾ ਫਿਰ ਸੋਹਣਾ ਦੇਖੋ ਕਿੰਨਾ ਬਣਾਇਆ ਹੈ ਨਾ ਅਤੇ ਬਾਕੀ ਕਰ ਸਕਦੇ ਤੁਸੀਂ ਗੱਲਬਾਤ ਚੈੱਕ ਇਹਦੇ ਵੀ ਗੋਲਡ ਲਾਈਟ ਆ ਹਾਰਲੇ ਡੈਵਿਡਸਨ ਦੇ ਅਤੇ ਪੂਰਾ ਓਕੇ ਆ ਹੈ ਨਾ ਦੇਖੋ ਬਾਈ ਉਹਨਾਂ ਨੇ ਨੌਲੇਜ ਬਹੁਤ ਦਿੱਤੀ ਉਦੋਂ ਮੈਂ ਟਾਈਮ 'ਤੇ ਕੈਮਰਾ ਨਹੀਂ ਚਲਾਇਆ ਹੈ ਨਾ ਅਤੇ ਤੁਹਾਨੂੰ ਵੀ ਦੱਸ ਦਿੰਦੇ ਅਤੇ ਇੰਜਣ ਬਹੁਤ ਵੱਡਾ ਇਹਦੇ 'ਚ ਅੱਗੇ ਸਪੀਕਰ ਵਗੈਰਾ ਲੱਗੇ ਆ ਹੈ ਨਾ ਪੂਰਾ ਓਕੇ ਦੀ ਰਿਪੋਰਟ ਆ ਛੱਤੀ ਦੀ ਮੈਂ ਪਹਿਲਾਂ ਦਿਖਾ ਗਿਆ ਤੁਹਾਨੂੰ ਅਤੇ ਚਲਾ ਕੇ ਨਹੀਂ ਦਿਖਾ ਸਕਦੇ ਇਹਦਾ ਸਿਸਟਮ ਬਿਕੋਜ਼ ਇੱਥੇ ਨਾ ਫਿਰ ਆਲੇ ਦੁਆਲੇ ਇਹਦਾ ਚੰਗਾ ਨਹੀਂ ਲੱਗਦਾ ਹੈਗਾ ਇੱਥੇ ਬਹੁਤ ਵਧੀਆ ਕੰਟਰੀ ਆ ਆਪਣੀ ਬਿਊਟੀਫੁਲ ਬ੍ਰਿਟਿਸ਼ ਕੋਲੰਬੀਆ ਇਹਦਾ ਸਾਰਾ ਕੁਛ ਰੂਲ 'ਚ ਰਹਿਣਾ ਪੈਂਦਾ ਅਤੇ ਰੂਲ 'ਚ ਵਧੀਆ ਵੀ ਲੱਗਦਾ ਫਿਰ ਹੈ ਨਾ ਅਤੇ ਬਾਕੀ ਚੈੱਕ ਕਰ ਸਕਦੇ ਤੁਸੀਂ ਪ੍ਰੋਜੈਕਟਰ ਪਾਏ ਆ ਅਤੇ ਬਹੁਤ ਸੋਹਣਾ ਤਿਆਰ ਕੀਤਾ ਇੱਥੇ ਚਲੋ ਸੋਹਣਾ ਤਿਆਰ ਕੀਤਾ ਉਹ ਵੱਖ ਗੱਲ ਆ ਇੱਥੇ ਹੋਰ ਵੀ ਸੋਹਣਾ ਲੱਗਦਾ ਹੈ ਕੈਨੇਡਾ 'ਚ ਆ ਕੇ ਆਪਣੇ ਵਾਲਾ ਵੀ ਲਿਆਵਾਂਗੇ ਜਲਦੀ ਹੁਣ ਕਰੀ ਜਾਂਦੇ ਹਾਂ ਪਲੈਨ ਲੈ ਕੇ ਤਾਂ ਆਉਣਾ ਹੀ ਹੈ ਯਾਰ ਜਿਹੜਾ ਕੋਈ ਮਰਜ਼ੀ ਹੋ ਜਾਵੇ ਹੈ ਨਾ ਇੱਕ ਵਾਰ ਆ ਜਾਵੇ ਬਸ ਟਰਾਈਟਰ ਬਾਕੀ ਆਹ ਦੇਖੋ ਆਹ ਤਾਂ ਕਾਰ ਟਾਈਪ ਹੀ ਆ ਗਿਆ ਫਿਰ ਜਗਾਰਮੈਂਟ ਅਤੇ ਉੱਧਰ ਹਜੇ ਬਾਈ ਕਹਿੰਦੇ ਸੀ ਉਹ ਤਿਆਰ ਹੁੰਦਾ ਉਹ ਹਜੇ ਦਿਖਾਉਣਾ ਨਹੀਂ ਵੀ ਉਹ ਜਦੋਂ ਤਿਆਰ ਹੋ ਗਿਆ ਕਹਿੰਦੇ 2 ਸਾਲ ਹੁਣ ਤਿਆਰ ਹੁੰਦੇ ਨੂੰ ਹੋ ਗਏ ਅਤੇ ਕੋਵਿਡ 'ਚ ਫਸ ਗਏ ਸੀ ਇਸ ਕਰਕੇ ਹੁਣ ਹੋਰ ਤਿਆਰ ਕਰਨਾ ਹਜੇ ਉਹ ਰਹਿੰਦਾ ਕੰਮ ਉਹਦਾ ਅਤੇ ਫਿਰ ਤੁਹਾਨੂੰ ਦਿਖਾਵਾਂਗੇ ਥੋੜ੍ਹਾ ਜਿਹਾ ਹਿੰਟ ਦੇ ਦਿੰਦਾ ਉਹ ਦੇਖੋ ਤੁਸੀਂ ਮਤਲਬ 26 ਇੰਚ ਲਾਏ ਹੈਗਾ 26 ਇੰਚ ਹਾਂ ਅਤੇ ਬਾਕੀ ਓਕੇ ਆ ਬਾਈਆਂ ਦਾ ਹਮਰ ਖੜਾ ਅਤੇ ਹੁਣ ਲੱਗੇ ਸੀ ਚੱਲਣ ਦੇਖੋ ਤੁਸੀਂ ਆਹ ਪਿੱਕੇ ਦਾ ਉਹਦਾ ਫਿੱਕੇ ਦਾ ਕਿੰਨਾ ਫਰਕ ਲਾ ਲਾ ਉਹਦਾ ਗੱਡੀ ਲੱਗਦੀ ਹੈ ਨਾ ਉਹਦੇ ਮੂਹਰੇ ਅਤੇ ਉਹ 6 ਇੰਚ ਲਿਫਟ ਕੀਤਾ ਗਾ ਅਤੇ ਬਹੁਤ ਉੱਚਾ ਯਾਰ ਬਹੁਤ ਸੋਹਣਾ ਲੱਗਦਾ ਨਾ ਹੈਵੀ ਡਿਊਟੀ
ਹੈਗਾ ਵੀ ਪਲੈਟੀਨਮ ਸਿਰੇ ਵਾਲਾ ਅਤੇ ਆਹ ਹੈਗਾ ਗਾ ਆਪਣਾ 150 ਲਓ ਜੀ ਅਦਾ ਮਿੰਟ ਜੀ ਬਾਈ ਅੰਦਰ ਗਏ ਨਹੀਂ ਤਾਂ ਨਿਕਲੇ ਨਹੀਂ ਹੈ ਨਾ ਬਣਾ ਕੇ ਮਿੰਟ 'ਚ ਦੇ ਦਿੰਦੇ ਆ ਕਾਫੀ ਬਾਹਲੀ ਫਾਸਟ ਸਰਵਿਸ ਬਾਹਲੀ ਫਾਸਟ ਸਰਵਿਸ ਆ ਸਹੀ ਗੱਲ ਆ ਬਾਈ ਐਵੇਂ ਨਹੀਂ ਟਾਈਮ ਦਾ ਨਾ ਚੱਲਦਾ ਸਾਰਿਆਂ ਨਾਲੋਂ ਵੱਧ ਫੈਲਿਆ ਹੋਇਆ ਬਿਜ਼ਨਸ ਟਾਈਮ ਦਾ ਨੰਬਰ 1 'ਤੇ ਆ ਨਾ ਬਾਈ ਸਿਰਾ ਕਰਾਉਣ ਦੇ ਸਹੀ ਗੱਲ ਆ ਦੇਖੋ ਲਓ ਮਿੰਟ ਲਾਉਂਦੇ ਆ ਕਿਉਂਕਿ ਯਾਰ ਇੱਥੇ ਨਾ ਟਾਈਮ ਦੀ ਬਹੁਤ ਜ਼ਿਆਦਾ ਕਦਰ ਕਰਦੇ ਬਹੁਤ ਜ਼ਿਆਦਾ ਕਦਰ ਹੈ ਟਾਈਮ ਦੀ ਇੱਥੇ ਮਿੰਟੋ ਮਿੰਟ ਕੰਮ ਹੋਣਾ ਚਾਹੀਦਾ ਕਿਉਂਕਿ ਬੰਦੇ ਕੋਲ ਕੰਮ ਆ ਬਸ ਹੈ ਨਾ ਬੰਦੇ ਨੇ ਕੰਮ ਕਰਨਾ ਕਰਨਾ ਹੀ ਕਰਨਾ ਬਸ ਕੰਮ ਤੋਂ ਬਿਨਾਂ ਜ਼ਿੰਦਗੀ ਨਹੀਂ ਵਿਹਲੀ ਬਹਿ ਕੇ ਵੀ ਯਾਰ ਕੀ ਕਰਾਂਗੇ ਹੈ ਨਾ ਕੰਮ ਕਰੋ ਆਪਦਾ ਸਵਾਦ ਲਓ ਚਿੱਲ ਕਰੋ ਬਸ ਲਓ ਜੀ ਕੈਮਰੂਪਸ ਵੱਲੋਂ ਵਾਪਸ ਕਹਿੰਦੇ ਚੱਲ ਸਰੀ ਵੱਲ ਨੂੰ ਪਾਲੇ ਹੋਏ ਆ ਅਤੇ ਚੱਲਦੇ ਹਾਂ ਕਹਿੰਦੇ ਅੱਜ ਗਰਮੀ ਵਧੀਆ ਉੱਥੇ ਵੀ ਹੈ ਨਾ ਸਰੀ 'ਚ ਵੀ ਕਿੰਨਾ ਹੈ ਟੈਂਪਰੇਚਰ ਬਾਈ 21-22 'ਤੇ ਗਿਆ ਹੋਇਆ ਅੱਜ ਕਹਿੰਦੇ ਮਸਾਂ ਹੀ ਟੈਂਪਰੇਚਰ 21-22 'ਤੇ ਗਿਆ ਹੋਇਆ ਦੇਖ ਲਓ ਅੱਜ ਅਸੀਂ ਸਰੀ ਨਹੀਂ ਹੈਗੇ ਸੀਗੇ ਪਰ ਇੱਥੇ ਵੀ ਅੱਜ ਨਾ ਦਿਨ ਇੰਨਾ ਵਧੀਆ ਲੰਘਿਆ ਹੈ ਨਾ ਜਾਣੀ ਕਿ ਪਿੰਡ ਵਾਲਾ ਮਾਹੌਲ ਸੀ ਅੱਜ ਮੈਂ ਅਤੇ ਬਹੁਤ ਫਨ ਕੀਤਾ ਬਾਈਆਂ ਨੇ ਬਹੁਤ ਵਧੀਆ ਟ੍ਰੀਟ ਕੀਤਾ ਹੈ ਨਾ ਅਤੇ ਇੰਨਾ ਕੋਈ ਟਾਈਮ ਕੱਢਦਾ ਨਹੀਂ ਹੁੰਦਾ ਅਤੇ ਬਾਈਆਂ ਟਾਈਮ ਕੱਢ ਕੇ ਮਿਲੇ ਹੈ ਨਾ ਬਹੁਤ ਵਧੀਆ ਲੱਗਿਆ ਅਤੇ ਬਾਕੀ ਸਰੀ ਚੱਲਦੇ ਹਾਂ ਅਤੇ ਬਾਕੀ ਹੁਣ ਦੇਖਦੇ ਹਾਂ ਕਰਦੇ ਹਾਂ ਹੀਲਾ ਟਰੈਕਟਰ ਦਾ ਉਹਨੂੰ ਅੱਗੇ ਅੱਗੇ ਦੱਸੀ ਚੱਲਾਂਗੇ ਲੁਕਾਉਣਾ ਤਾਂ ਕੀ ਆ ਸਾਰੀ ਚੀਜ਼ਾਂ ਦੱਸਾਂਗੇ ਤੁਹਾਨੂੰ ਹੈ ਨਾ ਵੀ ਕਿੱਦਾਂ ਕਿੱਦਾਂ ਟਰੈਕਟਰ ਆਊਗਾ ਵੀ ਕੀ ਹਿਸਾਬ ਦਾ ਵਾ ਕਰੋ ਚੈੱਕ ਅਤੇ ਟਿਮ ਤੋਂ ਕੌਫੀ ਲੈ ਲਈ ਸੀਗੀ ਚਾਚੇ ਉਹਨਾਂ ਨੇ ਅਤੇ ਕਿਹੜੀ ਲਈ ਬਾਈ ਟ੍ਰਿਪਲ ਟ੍ਰਿਪਲ ਘੱਟ ਡਬਲ ਡਬਲ ਵਨ ਕ੍ਰੀਮ ਟੂ ਸ਼ੂਗਰ ਵਨ ਕ੍ਰੀਮ ਟੂ ਸ਼ੂਗਰ ਲਓ ਜੀ ਸਾਡੇ ਸੁਨਿਆ ਖਿਆਲਾਂ ਵਿੱਚ ਰੋਣ